ਪਰ ਇੰਨੇ ਟਾਈਮ ਦੇ ਵਿੱਚ ਨਾ ਕੁਛ ਨਹੀਂ ਹੋ ਸਕਿਆ ਇਹਦੇ ਵਿੱਚ, ਨਜ਼ਰ ਆਇਆ ਰਿਜ਼ਲਟ ਉੱਥੇ, ਔਰ ਜੇ ਆਪਣਾ ਇਲੈਕਸ਼ਨ ਹੋਇਆ 3 ਸਟੇਟਾਂ ਦੇ ਵਿੱਚ, ਉੱਥੇ ਆਮ ਆਦਮੀ ਪਾਰਟੀ ਦਾ ਰਿਜ਼ਲਟ 0 ਰਿਹਾ ਵਾ। ਤਦ ਹੋਏ ਮੋਦੀ ਸਰਕਾਰ ਨੂੰ ਆਇਆ, ਉਹਦੇ ਵਿੱਚ ਵਿਕਾਸ ਦੇਖ ਲਓ, ਦੇਸ਼ ਦੀ ਆਰਥਿਕ ਸਥਿਤੀ ਦੇਖ ਲਓ, ਔਰ ਦੇਸ਼ ਦਾ ਮੋਨੋਪੋਲੀ ਦੇਖ ਲਓ ਪੂਰੇ ਵਰਲਡ ਦੇ ਵਿੱਚ ਇਸ ਟਾਈਮ ਜਿਸ ਨਾਲ ਰੈਂਕ 'ਤੇ ਆਪਾਂ ਜਾ ਰਹੇ ਹਾਂ, ਕਿ ਨਰਿੰਦਰ ਮੋਦੀ ਦਾ ਜਿਹੜਾ ਰਿਗਲ ਹੈ ਉਹ ਵਜਾਏਗਾ ਅਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਨਰਿੰਦਰ ਮੋਦੀ ਜਿੱਤ ਹੋਏਗੀ। ਪਿੰਡਬਾਜ਼ੀ ਜ਼ਿਆਦਾ ਅਤੇ ਲੋਕਾਂ ਨੂੰ ਕੰਮ ਦੇ ਆਧਾਰ 'ਤੇ ਵੋਟਾਂ ਲੈਣੀਆਂ, ਠੱਗਿਆ ਜਾ ਰਿਹਾ। ਲੋਕ ਸਭਾ ਚੁਣਾਵ 2024 ਦਾ ਆਗਾਜ਼ ਹੋ ਚੁੱਕਿਆ ਹੈ ਅਤੇ ਸਾਰੀ ਹੀ ਪਾਰਟੀਆਂ ਇਸ ਦੀ ਤਿਆਰੀਆਂ ਦੇ ਵਿੱਚ ਜੁਟੀਆਂ, ਲੇਕਿਨ ਇਸ ਵਾਰੀ ਨਤੀਜੇ ਕੀ ਰਹਿਣਗੇ ਇਹ ਅਸੀਂ ਲੋਕਾਂ ਦੀ ਜ਼ਬਾਨੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਇਸ ਸਮੇਂ ਕੀ ਚਾਹੁੰਦੇ ਆ। ਭਾਅ ਜੀ, ਲੋਕ ਸਭਾ ਚੁਣਾਵ 2024 ਦੀ ਤਿਆਰੀਆਂ ਦੇ ਵਿੱਚ ਸਾਰੀਆਂ ਪਾਰਟੀਆਂ ਲੱਗੀਆਂ, ਕੀ ਲੱਗਦਾ ਤੁਹਾਨੂੰ ਇਸ ਵਾਰੀ ਕੀ ਹੋਏਗਾ? ਦੇਖੋ, ਆਮ ਆਦਮੀ ਪਾਰਟੀ ਇੱਥੇ ਪੰਜਾਬ ਦੇ ਵਿੱਚ ਆਈ ਸੀ ਜਦੋਂ, ਉਸ ਵੇਲੇ ਤਾਂ ਲੱਗਦਾ ਸੀ ਕਿ ਇਹ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਨਾ ਕੁਛ ਕਰਨਗੇ, ਪਰ ਇੰਨੇ ਟਾਈਮ ਦੇ ਵਿੱਚ ਨਾ ਕੁਛ ਨਹੀਂ ਹੋ ਸਕਿਆ ਇਹਦੇ ਵਿੱਚ, ਨਜ਼ਰ ਆਇਆ ਰਿਜ਼ਲਟ ਉੱਥੇ, ਔਰ ਜੇ ਆਪਣਾ ਇਲੈਕਸ਼ਨ ਹੋਇਆ 3 ਸਟੇਟਾਂ ਦੇ ਵਿੱਚ, ਉੱਥੇ ਆਮ ਆਦਮੀ ਪਾਰਟੀ ਦਾ ਰਿਜ਼ਲਟ 0 ਰਿਹਾ ਵਾ। ਹੁਣ ਆਉਣ ਵਾਲੀ ਇਲੈਕਸ਼ਨਾਂ ਦੇ ਵਿੱਚ ਇਹ ਲੱਗਦਾ ਪਿਆ ਕਿ ਨਰਿੰਦਰ ਮੋਦੀ ਦਾ ਜਿਹੜਾ ਰਿਗਲ ਹੈ ਉਹ ਵਜਾਏਗਾ ਅਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਨਰਿੰਦਰ ਮੋਦੀ ਜਿੱਤ ਹੋਏਗੀ। ਕੀ ਲੱਗਦਾ ਕਿ ਜਿਹੜੇ ਇਲੈਕਸ਼ਨ ਹੋਏ ਆ, ਹੁਣ ਚੁਣਾਵ ਹੋਏ ਆ, ਇਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਨੂੰ ਕਾਰਨ ਕੀ ਮੰਨਦੇ ਹੋ? ਕਾਰਨ ਦੇਖੋ, ਇਹਨਾਂ ਨੇ ਕੋਸ਼ਿਸ਼ ਤਾਂ ਬੜੀ ਕੀਤੀ ਆ, ਪਰ ਇਹਨਾਂ ਨੇ ਲੋਕਾਂ ਦੇ ਵਿੱਚ ਵਾਅਦੇ ਜਿਹੜੇ ਕੀਤੇ ਆ ਉਹ ਪੂਰੇ ਨਹੀਂ ਕੀਤੇ, ਇਹਦੇ ਕਰਕੇ ਜਿਹੜੀ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉੱਥੇ। ਭਾਅ ਜੀ, ਕੀ ਲੱਗਦਾ ਤੁਹਾਨੂੰ ਕੰਮ ਵੇਖੇ ਜਾਣਗੇ 2024 ਦੇ ਇਲੈਕਸ਼ਨਾਂ ਦੇ ਵਿੱਚ, ਜਿਹੜੇ ਕੰਮ ਕਿਸੇ ਵੀ ਸੈਂਟਰ ਦੁਆਰਾ ਜਾਂ ਸਰਕਾਰਾਂ ਦੁਆਰਾ ਸਟੇਟ ਦੁਆਰਾ ਕੀਤੇ ਗਏ ਆ, ਕੰਮ ਦੇਖੇ ਜਾਣਗੇ? ਬਿਲਕੁਲ ਦੇਖੇ ਜਾਣਗੇ ਜੀ। ਤੁਸੀਂ ਦੇਖ ਲਓ, ਪਹਿਲਾਂ ਅੱਜ ਤੋਂ 9 ਸਾਲ ਹੋਏ ਮੋਦੀ ਸਰਕਾਰ ਨੂੰ ਆਇਆ, ਉਹਦੇ ਵਿੱਚ ਵਿਕਾਸ ਦੇਖ ਲਓ, ਦੇਸ਼ ਦੀ ਆਰਥਿਕ ਸਥਿਤੀ ਦੇਖ ਲਓ, ਔਰ ਦੇਸ਼ ਦਾ ਮੋਨੋਪੋਲੀ ਦੇਖ ਲਓ ਪੂਰੇ ਵਰਲਡ ਦੇ ਵਿੱਚ ਇਸ ਟਾਈਮ ਜਿਸ ਨਾਲ ਰੈਂਕ 'ਤੇ ਆਪਾਂ ਜਾ ਰਹੇ ਹਾਂ। ਜਿਹੜਾ ਅਮਰੀਕਾ ਉਹੀ ਹੋਇਆ ਜਿਹੜਾ ਮੋਦੀ ਨੂੰ ਕਹਿੰਦਾ ਸੀ ਅਸੀਂ ਤੁਹਾਨੂੰ ਆਪਣੇ ਮੁਲਕ ਦੇ ਵਿੱਚ ਆਉਣ ਦਾ ਵੀਜ਼ਾ ਨਹੀਂ ਦੇਣਾ, ਅੱਜ ਉਹ ਆਪਣੇ ਵਾਈਟ ਹਾਊਸ ਬਿਠਾ ਕੇ ਉਹਨਾਂ ਨੂੰ ਡਿਨਰ ਕਰਵਾ ਰਿਹਾ। ਫਰਕ ਪਏਗਾ ਇਹ ਚੀਜ਼ਾਂ ਦਾ, ਲੋਕਾਂ 'ਤੇ ਅਸਰ ਹੋਏਗਾ? ਲੋਕਾਂ ਨੂੰ ਕਿਉਂ ਨਹੀਂ ਗਰਵ ਦਾ ਕਹਾਂਗੇ ਆਪਾਂ, ਲੋਕ ਕਿਉਂ ਨਹੀਂ ਕਹਿਣਗੇ ਗਰਵ ਨਾਲ? ਜੋ ਪਾਕਿਸਤਾਨ ਦੀ ਗੱਲ ਲਗਾ ਲਓ, ਪਾਕਿਸਤਾਨ ਕਹਿੰਦਾ ਕਿ ਅਸੀਂ ਬਹੁਤ ਬੁਲੰਦ ਹੈਗੇ, ਸਭ ਕੁਛ ਹੈਗਾ ਸਾਡੇ ਕੋਲ, ਅਸੀਂ ਸਾਡੇ ਕੋਲ ਪਰਮਾਣੂ ਹੈਗਾ। ਉਹਨਾਂ ਕਿੱਥੇ ਗਏ ਪਰਮਾਣੂ? ਉਹਨਾਂ ਦੇ ਉਹਨੇ ਘਰ ਦੇ ਵਿੱਚ ਵੜ ਕੇ ਸਰਜੀਕਲ ਸਟ੍ਰਾਈਕ ਕੀਤੀ ਆਪਾਂ, ਉਹਨਾਂ ਦੇ ਹੱਥੋਂ ਦੀ ਸਾਰੇ ਖਦੇੜੇ, ਕਿੱਥੇ ਗਈ ਉਹਨਾਂ ਦਾ ਪਰਮਾਣੂ ਬੰਬ, ਕਿੱਥੇ ਗਿਆ ਉਹਨਾਂ ਦਾ? ਜਾਂ ਜਿਹੜੇ ਇਲੈਕਸ਼ਨ ਹੋਏ ਆ 5 ਸਟੇਟਾਂ ਦੇ ਵਿੱਚ, ਇਸ ਦੇ ਵਿੱਚ 3 'ਚ BJP ਦੀ ਜਿੱਤ ਹੋਈ ਹੈ, ਅਤੇ ਆਮ ਆਦਮੀ ਪਾਰਟੀ ਦਾ ਮੇਨ ਹਾਰਨ ਦਾ ਕਾਰਨ ਕੀ ਹੈ? ਕਿਉਂਕਿ ਆਉਣ ਵਾਲੇ ਲੋਕ ਸਭਾ ਇਲੈਕਸ਼ਨਾਂ ਦੀ ਤਿਆਰੀਆਂ ਨੂੰ ਵੇਖਦੇ ਹੋਏ ਵਿਧਾਨ ਸਭਾ ਚੋਣਾਂ ਦੀ ਵੀ ਤਿਆਰੀਆਂ ਕੀਤੀਆਂ ਗਈਆਂ ਸੀ, ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਕੀ ਹੈ? ਹਾਰ ਦਾ ਕਾਰਨ ਸਰ ਜੀ ਸਿੱਧਾ ਹੀ ਸਿੱਧਾ ਹੈ, ਇਹਨਾਂ NDA ਬਣਾਈ, ਜਿਹਨਾਂ ਇੰਡੀਆ ਬਣਾ ਕਹਿੰਦੇ ਸੋਰੀ NDA BJP ਦੀ, ਇਹਨਾਂ ਨੇ ਇੰਡੀਆ ਬਣਾਈ, ਇਹਨਾਂ ਦੇ ਆਪਸੀ ਜਿਹੜਾ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਇਹਨਾਂ ਦਾ ਕੋਈ ਆਪਸੀ ਤਾਲਮੇਲ ਹੀ ਨਹੀਂ ਹੈਗਾ। ਠੀਕ ਹੈ, ਹਰ ਸਟੇਟ ਵਾਲਾ ਕਹਿੰਦਾ ਕਿ ਮੈਨੂੰ ਸੀਟਾਂ ਚਾਹੀਦੀਆਂ, ਆਮ ਆਦਮੀ ਪਾਰਟੀ ਕੀਤਾ ਕੀ ਹੈ ਇਹ ਦੱਸੋ? ਆਹ ਸ਼ਰਾਬ ਘੁਟਾਲਾ ਦੇਖ ਲਓ, ਸਾਰੇ ਮੰਤਰੀ ਅੰਦਰ ਹੋਏ ਨੇ, ਸ਼ਾਇਦ ਕੇਜਰੀਵਾਲ ਵੀ ਅੱਜ ਕੱਲ੍ਹ 'ਚ ਅੰਦਰ ਹੋ ਜਾਏ, ਉਹ 'ਚ ਕੋਈ ਵੱਡੀ ਗੱਲ ਨਹੀਂ ਹੈਗੀ। ਸੋ ਸਾਰੇ ਮੰਤਰੀ ਅੰਦਰ ਹੈ, ਭਾਅ ਜੀ ਕੀ ਮੰਨਦੇ ਹੋ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਤੁਸੀਂ ਵੇਖਦੇ ਹੋ ਕਿ BJP ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਜੇ, ਕਿਉਂਕਿ ਗੱਠਜੋੜ ਬਹੁਤ ਵੱਡਾ ਹੋਇਆ ਹੈ, ਕੀ ਲੱਗਦਾ ਕਿ ਅਸਰ ਹੋਏਗਾ? ਨਹੀਂ, ਜਿਹੜਾ ਇਹ ਗੱਠਜੋੜ ਹੋਇਆ, ਗੱਠਜੋੜ ਦਾ ਕੋਈ ਫਾਇਦਾ ਨਹੀਂ ਹੋਏਗਾ।
ਤੁਸੀਂ ਇਸ ਗੱਲ ਨੂੰ ਆਪ ਹੀ ਥੋੜ੍ਹਾ ਜਿਹਾ ਦੇਖ ਕੇ ਚੱਲੋ ਵੀ ਇੱਕ ਬੀਜੇਪੀ ਨੂੰ ਹਰਾਉਣ ਵਾਸਤੇ, ਇੱਕ ਬੀਜੇਪੀ ਨੂੰ ਹਰਾਉਣ ਵਾਸਤੇ 25 ਪਾਰਟੀਆਂ ਆਪਾਂ ਗੱਠਜੋੜ ਕਰ ਰਹੀਆਂ ਨੇ, ਅਤੇ ਤੁਸੀਂ ਇਸ ਤੋਂ ਮੋਦੀ ਦੀ ਤਾਕਤ ਦਾ ਅੰਦਾਜ਼ਾ ਲਗਾ ਸਕਦੇ ਹੋ ਵੀ ਆਪ ਜੀ ਦੇ ਕਹਿ ਰਹੇ ਆਪ ਪਾਰਟੀ ਦਾ ਇੱਥੇ ਜਿਹੜੀ ਹੈ ਲੋਕਾਂ ਨੂੰ ਉਮੀਦਾਂ ਤਾਂ ਬਹੁਤ ਸੀ, ਪਰ ਆਪ ਪਾਰਟੀ ਦੇ ਜਿਹੜੇ ਇੱਥੇ ਜਿੰਨੇ ਵੀ ਸਾਂਝ ਕੇਂਦਰ ਸੀ ਜਾਂ ਜਿੰਨੇ ਵੀ ਪਿੰਡਾਂ ਦੀਆਂ ਡਿਸਪੈਂਸਰੀਆਂ ਸੀ, ਉਹ ਸਾਰੀਆਂ ਡਿਸਪੈਂਸਰੀਆਂ ਜਿਹੜੀਆਂ ਇਹਨਾਂ ਨੇ ਆਪਣੇ ਮਹੱਲਾ ਕਲੀਨਿਕ ਬਣਾ ਲਏ। ਮਹੱਲਾ ਕਲੀਨਿਕ ਬਣਾ ਲੈ ਕੀ ਹੋਇਆ ਵਾ ਵੀ ਨਾ ਉੱਥੇ ਕੋਈ ਦਵਾਈ ਹੈ ਨਾ ਉੱਥੇ ਕੋਈ ਡਾਕਟਰ ਹੈ, ਪਰ ਆਪਾਂ ਇਹਨਾਂ ਨੇ ਕੁਛ ਨਹੀਂ ਕੀਤਾ। ਪੁਰਾਣੀਆਂ ਡਿਸਪੈਂਸਰੀਆਂ ਨੂੰ ਇਹਨਾਂ ਨੇ ਮੋਡੀਫਾਈ ਕਰਕੇ ਮਹੱਲਾ ਕਲੀਨਿਕ ਦਾ ਨਾਂ ਦੇ ਦਿੱਤਾ ਗਿਆ, ਜਾਂ ਪੁਰਾਣੇ ਸਾਂਝ ਕੇਂਦਰ ਸੀ ਉਹਨਾਂ ਨੂੰ ਬਣਾ ਕੇ ਦਿੱਤੇ। ਇਹਨਾਂ ਨੇ ਨਵੀਂ ਕੋਈ ਵੀ ਹੋਸਪਿਟਲ ਨਹੀਂ ਬਣਾਇਆ ਜਿਹਦੇ ਕਰਕੇ ਵੀ ਲੋਕਾਂ ਨੂੰ ਕਹਿ ਸਕਣ ਵੀ ਅਸੀਂ ਇਹ ਹੋਸਪਿਟਲ ਬਣਾਤਾ ਅਸੀਂ ਕਰਦਾ। ਜੇ ਕਿਸੇ ਥਾਂ 'ਤੇ ਚਲੇ ਜਾਓ, ਕਾਰਪੋਰੇਸ਼ਨ ਚਲੇ ਜਾਓ, ਬਿਜਲੀ ਘਰ ਚਲੇ ਜਾਓ, ਐਜੂਕੇਸ਼ਨ ਚਲੇ ਜਾਓ, ਕਿਸੇ ਵੀ ਦਫ਼ਤਰ ਚਲੇ ਜਾਓ, ਕੋਈ ਵੀ ਇਹ ਬੰਦਾ ਕੰਮ ਕਰਕੇ ਰਾਜੀ ਨਹੀਂ ਹੈਗਾ। ਸਰਕਾਰ 'ਤੇ ਇਹਨਾਂ ਦਾ ਕੰਟਰੋਲ ਕੋਈ ਨਹੀਂ ਹੈਗਾ। ਕੀ ਲੱਗਦਾ ਕਿ ਅਗਰ ਇੰਡੀਆ ਜਿਹੜਾ ਗੱਠਜੋੜ ਇਹਨਾਂ ਨੇ ਬਣਾਇਆ ਹੋਇਆ, ਅਗਰ ਉਸਦਾ ਅਸਰ ਕੁਛ ਹੁੰਦਾ ਹੋਇਆ ਦੇਸ਼ ਦੇ ਵਿੱਚ, ਤਾਂ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਹੋ ਸਕਦਾ? ਪ੍ਰਧਾਨ ਮੰਤਰੀ ਦਾ ਚਿਹਰਾ ਜਿਹੜਾ ਇਸ ਨਰਿੰਦਰ ਮੋਦੀ ਹੈ, ਅਤੇ ਨਰਿੰਦਰ ਮੋਦੀ ਹੀ ਨਜ਼ਰ ਆ ਰਿਹਾ, ਹੋਰ ਕੋਈ ਚਿਹਰਾ ਇਹੋ ਜਿਹਾ ਨਹੀਂ ਗਾ ਕਿ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਧਾਨ ਮੰਤਰੀ ਬਣਾਇਆ ਜਾਏਗਾ। ਭਾਅ ਜੀ, ਕੀ ਲੱਗਦਾ ਕਿ ਵਿਕਾਸ ਦੇ ਨਾਮ 'ਤੇ ਪੰਜਾਬ ਦੇ ਵਿੱਚ ਵੋਟਿੰਗ ਹੋਏਗੀ? ਕਿਉਂਕਿ ਅੱਗੇ ਆਮ ਆਦਮੀ ਪਾਰਟੀ ਦੁਆਰਾ ਜਿਹੜੇ ਵਿਧਾਨ ਸਭਾ 'ਚ ਉਹਨਾਂ ਦੇ ਵੀ ਵਿਕਾਸ ਦੀ ਗੱਲ ਕੀਤੀ ਗਈ, ਕਿੰਨਾ ਵਿਕਾਸ ਤੁਹਾਨੂੰ ਲੱਗਦਾ ਕਿ ਉਸ ਸਿਰ 'ਤੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਵੋਟਿੰਗ ਹੋਏਗੀ? ਸਰ ਜੀ, ਵਿਕਾਸ ਕਾਰੇ ਘੱਟ ਹੀ ਹੈ, ਸਟੰਟਬਾਜ਼ੀ ਜ਼ਿਆਦਾ, ਅਤੇ ਲੋਕਾਂ ਨੂੰ ਕੰਮ ਦੇ ਆਧਾਰ 'ਤੇ ਵੋਟਾਂ ਲੈਣੀਆਂ ਠੱਗਿਆ ਜਾ ਰਿਹਾ। ਆਮ ਆਦਮੀ ਪਾਰਟੀ ਦੇ ਕੰਮ ਤਾਂ ਕਰ ਰਹੀ ਆ, ਭਾਵੇਂ ਸੈਂਟਰ ਨਾਲ ਰਲ ਕੇ ਕਰ ਰਹੀ ਅਤੇ ਆਪ ਆਪਣੇ ਜ਼ੋਰ 'ਤੇ ਕਰ ਰਹੀ ਆ, ਪਰ ਨਾਕਾਮ ਹੀ ਹੈਗੀ ਹੈ। ਸੋ ਕੀ ਲੱਗਦਾ ਭਾਅ ਜੀ, ਨਾਕਾਮ ਹੈ ਪੂਰੀ ਤਰ੍ਹਾਂ ਨਾਲ? ਬਿਲਕੁਲ ਜੀ, ਦੇਖੋ ਜਿਹੜੇ ਆ ਸਾਡੇ ਕੋਲ ਹਾਲ ਗੇਟ ਦੇ ਬਾਹਰ ਚਾਰ ਦੀਵਾਰੀ ਦਾ ਕੰਮ ਹੋ ਰਿਹਾ, ਇਹ ਸਾਰਾ ਸਮਾਰਟ ਪ੍ਰੋਜੈਕਟ ਦੇ ਸੈਂਟਰ ਵੱਲੋਂ ਕੰਮ ਚੱਲ ਰਿਹਾ, ਔਰ ਇਹਦਾ ਜਿਹੜਾ ਸ਼੍ਰੇਅ ਸਾਰਾ ਜੇ ਅਗਰ ਆਪ ਲੈਣਾ ਚਾਹੇ ਤਾਂ ਬਿਲਕੁਲ ਗਲਤ ਆ। ਆਪ ਨੇ ਇਹਨਾਂ ਨੇ ਕਿਹਾ ਜੀ ਅਸੀਂ ਸੜਕਾਂ ਦੇਵਾਂਗੇ, ਕੁਛ ਨਹੀਂ ਦਿੱਤਾ ਇਹਨਾਂ ਨੇ, ਪਿੰਡਾਂ ਦੇ ਵਿੱਚ ਕੋਈ ਖੁਸ਼ਹਾਲੀ ਦੇਵਾਂਗੇ, ਕੋਈ ਨਹੀਂ, ਕੋਈ ਨੌਕਰੀਆਂ, ਸਿਰਫ ਮਾਨ ਸਾਹਿਬ ਨੇ ਆਪਣਾ ਐਡ ਦਾ ਕੰਮ ਜੋੜ ਸ਼ੁਰੂ ਕੀਤਾ, ਤਕਰੀਬਨ ਰੋਜ਼ ਹੀ ਫੁੱਲ ਪੇਜ ਦੀ 2-4-5 ਅਖਬਾਰਾਂ 'ਚ ਇਹਨਾਂ ਦੀ ਐਡ ਚੱਲ ਰਹੀ ਆ। ਉਹ ਤੁਸੀਂ ਕਿ ਤੁਸੀਂ ਐਡ 'ਤੇ ਜਿੰਨਾ ਪੈਸਾ ਖਰਚ ਕਰ ਰਹੇ ਨੇ, ਅਗਰ ਇੰਨਾ ਪੈਸੇ ਕਿਤੇ ਡਿਵੈਲਪਮੈਂਟ 'ਤੇ ਖਰਚ ਕੀਤਾ ਜਾਏ ਤਾਂ ਸ਼ਾਇਦ ਕਿਸੇ ਕੰਮ ਆ ਸਕੇ। ਕੀ ਲੱਗਦਾ ਭਾਅ ਜੀ, ਪੰਜਾਬ ਦੇ ਵਿੱਚ ਸੀਟਾਂ ਦਾ ਬਟਵਾਰਾ ਕਿਸ ਹਿਸਾਬ ਨਾਲ ਹੋਏਗਾ? ਕਿੰਨੀਆਂ ਸੀਟਾਂ ਤੋਂ ਤੁਹਾਨੂੰ ਲੱਗਦਾ ਕਿ ਆ ਸਕਦੀਆਂ? ਜਿਹਦੇ ਕੋਲ 100 ਦੇ ਕੋਲ ਕੋਲ ਸੀਟ ਹੋਏ ਵਿਧਾਨ ਸਭਾ ਦੀ, ਠੀਕ ਹੈ, ਉਹ ਕਿੰਨੀਆਂ ਕੁ ਸੀਟਾਂ ਦੇਗਾ ਦੂਜੀ ਪਾਰਟੀ ਨੂੰ? ਕਿ ਕਾਂਗਰਸ ਇੱਕ ਪਾਸੇ ਕਹਿ, ਆਪਾਂ ਕਹਿ ਦਈਏ ਕਿ ਇੰਡੀਆ ਬਣਾਇਆ, ਰਾਹੁਲ ਗਾਂਧੀ ਨੇ ਕਹਿਣਾ ਮੈਂ ਪ੍ਰਧਾਨ ਮੰਤਰੀ, ਮੈਨੂੰ ਸੀਟਾਂ ਦਿਓ ਜੀ, ਦਿਓਗੀ? ਉਹਨੇ ਕਹਿਣਾ ਮੇਰੇ ਕੋਲ ਲਓ ਜੀ। ਕੇਜਰੀਵਾਲ ਸਾਹਿਬ ਨੇ ਕਹਿਣਾ ਮੇਰੇ ਕੋਲ ਲਓ ਜੀ। ਠੀਕ ਹੈ ਸਰ, ਹੁਣ 100 ਸੀਟਾਂ ਦੇ ਵਿੱਚ ਬਹੁਮਤ ਲੈ ਕੇ ਅਤੇ ਇਹ ਪੰਜਾਬ ਸਰਕਾਰ ਚਲਾ ਰਹੇ, ਭਾਵੇਂ ਕੰਮ ਕਰ ਰਹੇ ਨਹੀਂ ਕਰ ਰਹੇ, ਬਾਅਦ ਦੀ ਗੱਲ ਹੈਗੀ ਹੈ, ਤੁਸੀਂ ਸੀਟਾਂ ਦੀ ਗੱਲ ਮੈਨੂੰ ਪੁੱਛੀ ਹੈ, ਅਤੇ ਸੀਟਾਂ ਤਾਂ ਇਹਨਾਂ ਨੇ ਨਾ ਦੇਣੀ ਹੈ ਅਤੇ ਨਾ ਕਾਂਗਰਸ ਦੇਣੀ ਹੈ। ਮੇਰਾ ਖਿਆਲ ਸ਼ਾਇਦ ਇੱਥੇ ਕਲੈਕ ਇਹਨਾਂ ਦਾ ਜ਼ਰੂਰ। ਹਾਂਜੀ ਹਾਂਜੀ, ਦੇਖੋ ਜੀ, ਜਿਸ ਤਰ੍ਹਾਂ ਇਹਨਾਂ ਨੇ ਕਹਿ ਰਹੇ ਨੇ ਵੀ ਇੰਡੀਆ ਦਾ ਗੱਠਜੋੜ ਹੋਇਆ ਹੈ, ਗੱਠਜੋੜ ਤੁਸੀਂ ਹੁਣੇ ਦੇਖ ਲਿਆ, ਮੱਧ ਪ੍ਰਦੇਸ਼ ਦੇ ਵਿੱਚ ਅਖਿਲੇਸ਼ ਯਾਦਵ ਨੇ ਸੀਟਾਂ ਮੰਗੀਆਂ ਸੀ ਅਤੇ ਕਮਲਨਾਥ ਨੇ ਬਿਲਕੁਲ ਨਾ ਕਰਤੀ ਸੀ, ਨਹੀਂ ਜੀ ਅਸੀਂ ਬਿਲਕੁਲ ਸੀਟ ਨਹੀਂ ਦੇਣੀ। ਅਗਰ ਇੱਕ ਥਾਂ 'ਤੇ ਇਸ ਤਰ੍ਹਾਂ ਹੋਇਆ ਹਾਲੀ ਉਹਦਾ ਬਿਲਕੁਲ ਸੀਟਾਂ ਦਾ ਕੋਈ ਫਰਕ ਅਖਿਲੇਸ਼ ਯਾਦਵ ਪਾ ਸਕਦੇ ਸੀ, ਪਰ ਕਮਲਨਾਥ ਨੇ ਬਿਲਕੁਲ ਨਾ ਕਰਤੀ। ਇਸ ਤਰ੍ਹਾਂ ਜਿਹੜੀਆਂ ਵੀ ਪਾਰਟੀਆਂ ਨੇ, 25 ਪਾਰਟੀਆਂ ਇਕੱਠੀਆਂ ਹੋਈਆਂ ਨੇ, ਇਹਨਾਂ ਦਾ ਕੋਈ ਨਾ ਕੋਈ ਆਪਸ ਵਿੱਚ ਡਿਸਪਿਊਟ ਰਹੇਗਾ ਹੀ ਰਹੇਗਾ, ਇਹ ਇਕੱਠੀਆਂ ਨਹੀਂ ਹੋ ਸਕਦੀਆਂ। ਇਹ ਜਿੰਨੀ ਦੇਰ ਤੱਕ ਇਲੈਕਸ਼ਨ ਆਉਣੀ ਹੈ ਉਨੀ ਦੇਰ ਤੱਕ ਸਾਰੀ ਖਿੰਡ ਪਿੰਡ ਹੋ ਜਾਣੀ। ਮੈਂ ਇਹਨਾਂ ਦੀ ਇਹ ਗੱਲ 'ਚ ਐਡ ਕਰਨਾ ਚਾਹੁੰਦਾ, ਇਹ ਜਿਹੜੇ ਇਕੱਠੇ ਹੋਏ ਹੋਏ ਆ ਨਾ, ਇਹ ਮੋਦੀ ਨੂੰ ਹਟਾਉਣ ਵਾਸਤੇ ਨਹੀਂ, ਮੋਦੀ ਨੂੰ ਅੱਗੇ ਵਧਾਉਣ ਵਾਸਤੇ ਹੀ ਇਕੱਠੇ ਹੋਏ ਹੋਏ ਆ, ਦੈਟਸ ਅ ਫੈਕਟ। ਤੁਸੀਂ ਦੇਖ ਲੈਣਾ ਇਹ ਇਹਨਾਂ ਦੀ ਆਪਸੀ ਰੰਜਿਸ਼ਾਂ ਕਰਕੇ, ਅਗਰ ਮੋਦੀ ਨੂੰ 2-5% ਵੋਟਿੰਗ ਦਾ ਨੁਕਸਾਨ ਹੋਣਾ ਸੀ ਨਾ, ਉਹ
ਸਮਝ ਲਓ ਕਿ 10% ਵੋਟਿੰਗ ਦਾ ਉਹਨੂੰ ਬੈਨੀਫਿਟ ਹੀ ਮਿਲੂਗਾ। ਕੀ ਲੱਗਦਾ ਭਾਅ ਜੀ? ਠੀਕ ਹੈ, ਬਿਲਕੁਲ ਸਹੀ ਕਿਹਾ ਜਾ ਰਿਹਾ ਜੀ। ਇਹ ਲੋਕਾਂ ਦੀ ਜਿਹੜੀ ਆਵਾਜ਼ ਆ, ਲੋਕਾਂ ਦੀ ਆਵਾਜ਼ ਜਿਹੜੀ ਬਿਲਕੁਲ ਉਹ ਸਹੀ ਹੁੰਦੀ ਹੈ। ਵੋਟਿੰਗ ਹਰ ਵੇਲੇ ਜਦੋਂ ਬੰਦਾ ਘਰੋਂ ਨਿਕਲਦਾ ਤਾਂ ਮੁੱਦੇ ਕਈ ਦਿਮਾਗ ਦੇ ਵਿੱਚ ਹੁੰਦੇ ਆ, ਤੁਹਾਡੇ ਦਿਮਾਗ 'ਚ ਕੀ ਮੁੱਦੇ ਰਹਿਣਗੇ ਇਸ ਵਾਰੀ? ਸਾਡੇ ਦਿਮਾਗ 'ਚ ਮੁੱਦੇ ਆ ਜਿਹੜੇ ਬੇਰੁਜ਼ਗਾਰ ਘੁੰਮ ਰਹੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਅਤੇ ਡਿਵੈਲਪਮੈਂਟ ਸਹੀ ਕੀਤੀ ਜਾਵੇ ਸੜਕਾਂ ਦੀ, ਬਾਜ਼ਾਰਾਂ ਦੀ, ਫੁੱਟਪਾਥਾਂ ਦੀ, ਅਤੇ ਬਾਕੀ ਆਉਣ ਵਾਲੇ ਇਲੈਕਸ਼ਨ ਦਾ ਪਤਾ ਚੱਲਦਾ 24 'ਚ BJP ਦੀ ਸਰਕਾਰ ਪਾਉਂਦੀ ਹੈ। ਕੀ ਲੱਗਦਾ ਤੁਹਾਨੂੰ? ਮੈਂ ਲਾਸਟ 'ਚ ਇੱਕ ਗੱਲ ਕਹਿਣਾ ਚਾਹੁੰਦਾ, ਜਿਹੜੀ ਆਪੋਜੀਸ਼ਨ ਪਾਰਟੀ ਹੈਗੀਆਂ, ਜਿਹੜੀਆਂ ਇੰਡੀਆ ਆਪਾਂ ਕਹਿ ਸਕਦੇ ਹਾਂ ਇੰਡੀ ਬਣੀ ਹੋਈ ਹੈ, ਇਹ 25 ਪਾਰਟੀਆਂ ਲੱਗੀਆਂ ਨੇ, ਇਹ ਮੋਦੀ ਨੂੰ ਰੋਕਣ ਵਾਸਤੇ ਲੱਗੀਆਂ ਨੇ, ਅਸੀਂ ਵੀ ਮੋਦੀ ਨੂੰ ਰੋਕਾਂਗੇ, ਉਹ ਮੋਦੀ ਨੂੰ ਆਉਣ ਤੋਂ ਰੋਕਣਗੇ, ਅਸੀਂ ਮੋਦੀ ਨੂੰ ਜਾਣ ਤੋਂ ਰੋਕਾਂਗੇ। ਹਾਂਜੀ ਬਿਲਕੁਲ ਬਿਲਕੁਲ ਸਹੀ ਕਿਹਾ ਇਹਨਾਂ ਨੇ, ਔਰ ਆਉਣਾ ਮੋਦੀ ਜੀ ਨੇ, ਇਹ ਗਰੰਟੀ ਹੈ, ਲਿਖ ਕੇ ਲੈ ਲਓ। ਮੈਂ ਤੁਹਾਨੂੰ ਜਿਹੜੀ ਗੱਲ ਪਹਿਲਾਂ ਵੀ ਕਹੀ ਸੀ, ਲੱਗਦਾ ਭਾਅ ਜੀ ਵੋਟਿੰਗ ਜਿਹੜੀ ਹੋਏਗੀ ਵਿਕਾਸ ਦੇ ਮੁੱਦੇ ਨੂੰ ਲੈ ਕੇ ਹੋਏਗੀ, ਜਿਹੜੇ ਕੰਮ ਕੀਤੇ ਆ? ਦੇਖੋ ਵਿਕਾਸ ਦਾ ਮੁੱਦਾ ਹੈ, ਬੜੇ ਮੁੱਦੇ ਹੈ, ਖਾਲੀ ਇੱਕ ਵਿਕਾਸ ਦਾ ਮੁੱਦਾ ਹੀ ਨਹੀਂ ਹੈ। ਆਪਾਂ ਕਹਿਣਾ ਤਾਂ ਬੜਾ ਕੁਛ ਚਾਹੁੰਦੇ ਹਾਂ, ਲੇਕਿਨ ਸਵਾਲ ਹੈ ਪਬਲਿਕ ਲਈ, ਇਸ਼ੂ ਇਹੀ ਹੈ, ਐਸੇ ਲੋਕਾਂ ਦੀ ਜਿਹੜੀ ਆਵਾਜ਼ ਜਿਹੜੀ ਬੁਲੰਦ ਆ, ਉਹ ਮੋਦੀ ਹੀ ਆਏਗਾ ਅੱਗੋ ਆਉਣ ਵਾਲੇ ਟਾਈਮ ਦੇ। ਆਖਰੀ ਸਵਾਲ ਭਾਅ ਜੀ ਮੈਂ ਤਿੰਨਾਂ ਨੂੰ ਪੁੱਛਾਂਗਾ, ਇੱਕ ਇੱਕ ਕੋਲ ਜਵਾਬ ਲਾਊਂਗਾ। ਕੀ ਲੱਗਦਾ ਕਿ ਅਕਾਲੀ ਗੱਠਜੋੜ ਜਿਹੜਾ BJP ਨਾਲ ਗੱਠਜੋੜ ਸੀ, ਉਸਦਾ ਹੋਣਾ ਚਾਹੀਦਾ ਦੁਬਾਰਾ ਪੰਜਾਬ ਦੇ ਵਿੱਚ? ਦੇਖੋ ਹੋਣਾ ਤਾਂ ਚਾਹੀਦਾ, ਪਰ ਲੋਕ ਜੋ ਅਕਾਲੀਆਂ ਨੇ ਕੀਤਾ ਉਹ ਸਹੀ ਨਹੀਂ ਕੀਤਾ ਸੀ। ਦੇਖੋ ਇੰਨੀ ਦੇਰ ਦਾ 40 ਸਾਲ ਦਾ ਗੱਠਬੰਧਨ ਚੱਲਦਾ ਆਇਆ, ਇੱਕਦਮ ਤੋੜ ਦਿੱਤਾ ਜਾਣਾ, ਉਹ ਸਿਰਫ ਇੱਕ ਕਿਸਾਨਾਂ ਦੀ ਹੜਤਾਲ ਦੇ ਬਾਰੇ ਜਾਂ ਕਿਸਾਨਾਂ ਬਾਰੇ ਇੱਕ ਛੋਟੇ ਜਿਹੇ ਮੁੱਦੇ ਨੂੰ ਲੈ ਕੇ ਇੰਨਾ ਵੱਡਾ ਇਹਨਾਂ ਨੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਅਕਾਲੀਆਂ ਨੇ, ਜਿਹਦਾ ਕਿ ਤੁਸੀਂ ਦੇਖ ਰਹੇ ਹੋ ਬਠਿੰਡਾ 'ਚ ਮੋਦੀ ਸਾਹਿਬ ਨੂੰ ਰੋਕਿਆ ਗਿਆ। ਮੋਦੀ ਸਾਹਿਬ ਦਾ ਉੱਥੇ ਬੜਾ ਵਧੀਆ ਕੋਈ ਪੈਕੇਜ ਦੇਣ ਦਾ ਪ੍ਰੋਗਰਾਮ ਸੀਗਾ, ਕੋਈ 400-500 ਕਰੋੜ ਦਾ ਉੱਥੇ ਪੈਕੇਜ ਸੀਗਾ। ਇਹਦੇ ਨਾਲ ਇਹ ਪੰਜਾਬ ਨੂੰ ਸਾਰੇ ਪੰਜਾਬ ਨੂੰ ਨੁਕਸਾਨ ਹੋਇਆ, ਵੀ ਜਿਹੜੀ ਸਾਨੂੰ ਸੈਂਟਰ ਤੋਂ ਕੋਈ ਮਦਦ ਮਿਲ ਸਕਦੀ ਉਹ ਸਾਨੂੰ ਰੁਕ ਗਈ ਹੈ। ਗੱਠਜੋੜ ਦਾ ਨੁਕਸਾਨ ਹੋਏਗਾ? ਗੱਠਜੋੜ ਦਾ BJP ਨੂੰ ਨੁਕਸਾਨ ਹੋਏਗਾ, ਔਰ ਅਕਾਲੀ ਦਲ ਨੂੰ ਵੀ ਹੋਏਗਾ, ਕਿਉਂਕਿ ਸ਼ਹਿਰੀ ਵੋਟਰ ਜਿਹੜਾ ਉਹ BJP ਦੇ ਨਾਲ ਸੀਗਾ ਔਰ ਹੈਗਾ, ਔਰ ਜਿਹੜਾ ਪੇਂਡੂ ਵੋਟਰ ਹੈਗਾ ਉਹ ਅਕਾਲੀ ਦਲ ਨਾਲ ਹੈ। ਇਹ ਕੋਲੀਸ਼ਨ ਦੇ ਨਾਲ ਇਹ ਸਰਕਾਰਾਂ ਬਣਾਉਂਦੇ ਸੀਗੇ, ਔਰ ਜੋ ਵੀ ਉਹਨਾਂ ਨੇ ਅਕਾਲੀ ਦਲ ਨੇ BJP ਨਾਲ ਕੀਤਾ ਔਰ ਸਰਾਸਰ ਜੋ ਭਾਈ ਸਾਹਿਬ ਨੇ ਕਿਹਾ ਬਿਲਕੁਲ ਗਲਤ ਕੀਤਾ, ਉਸ ਟਾਈਮ 'ਤੇ ਇਹਨਾਂ ਨੂੰ ਪਿੱਠ ਨਹੀਂ ਵਿਖਾਉਣੀ ਚਾਹੀਦੀ। ਕੁੱਲ ਮਿਲਾ ਕੇ ਗੱਲ ਕਰੀਏ, ਸਾਰਿਆਂ ਦੀ ਰਾਏ ਕੀ ਹੈ ਕਿ ਪੰਜਾਬ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੋਊਗੇ ਸਭ ਤੋਂ ਜ਼ਿਆਦਾ ਨੁਕਸਾਨ ਕਿਹੜੀ ਪਾਰਟੀ ਨੂੰ ਹੋਏਗਾ? ਅਕਾਲੀ ਦਲ। ਦੇਖੋ ਕਾਂਗਰਸ ਨੂੰ ਵੀ ਹੋ ਸਕਦਾ, ਇਹ ਕਿਹੜੀ ਗੱਲ ਆ? ਹਾਂਜੀ ਆਪ ਪਾਰਟੀ ਤਾਂ ਉੱਡੀ ਜਾਣੀ। ਹਾਂਜੀ ਤੁਸੀਂ ਕੀ ਕਹਿੰਦੇ ਹੋ? ਹਾਂ ਨਹੀਂ ਕਾਂਗਰਸ ਨੂੰ ਨੁਕਸਾਨ ਹੋਏਗਾ, ਕਾਂਗਰਸ ਤੁਸੀਂ ਹੁਣੇ ਦੇਖ ਲਿਆ 3 ਸਟੇਟਾਂ ਦੇ ਵਿੱਚ ਜੋ ਹਾਲ ਹੋਇਆ ਵਾ, ਉਹਦੇ ਵਿੱਚ ਆਪ ਨੂੰ ਤਾਂ ਕੋਈ ਸੀਟ ਵੀ ਨਹੀਂ ਮਿਲੀ, ਕਈ ਥਾਵਾਂ 'ਤੇ ਉਹਨੂੰ 500 ਵੋਟ ਹੀ ਮਿਲੀ ਸਾਰੀ। ਇਸ ਕਰਕੇ ਜਿਹੜਾ ਇਹ ਨੁਕਸਾਨ ਹੈ ਕਾਂਗਰਸ ਨੂੰ ਵੀ ਬਹੁਤ ਹੋਏਗਾ। ਮਤਲਬ ਮਜ਼ਾ ਆਏਗਾ ਇਸ ਵਾਰੀ ਇਲੈਕਸ਼ਨ ਦੇਖਣ 'ਚ? ਮਜ਼ਾ ਆਏਗਾ, ਪਰ ਜੋ ਅਸੀਂ ਸੋਚ ਰਹੇ ਹਾਂ ਉਹ ਅਕੋਰਡਿੰਗਲੀ ਹੀ ਆਏਗਾ, ਔਰ ਉਸ ਤਰ੍ਹਾਂ ਹੀ ਆਏਗਾ ਜੀ। ਸੋ ਇਹ ਅੰਮ੍ਰਿਤਸਰ ਦੀ ਜਨਤਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰੀ ਮੁਕਾਬਲਾ ਜ਼ਰੂਰ ਕੜਾ ਰਹੇਗਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਵੀ ਸੱਤਾਧਰ ਪਾਰਟੀਆਂ ਹੈ, ਭਾਵੇਂ ਉਹ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, BJP ਹੈ ਜਾਂ ਫਿਰ ਅਕਾਲੀ ਦਲ ਹੈ, ਇਹਨਾਂ ਦਾ ਨੁਕਸਾਨ ਜ਼ਰੂਰ ਹੋਏਗਾ। ਆਮ ਆਦਮੀ ਪਾਰਟੀ ਦਾ ਨੁਕਸਾਨ ਹੋ ਚੁੱਕਿਆ, ਜਿਹੜੇ ਹੁਣ 5 ਸਟੇਟਾਂ ਦੇ ਇਲੈਕਸ਼ਨ ਹੋਏ ਆ ਉਸਦੇ ਵਿੱਚ ਨੁਕਸਾਨ ਹੋਇਆ, ਲੇਕਿਨ ਆਉਣ ਵਾਲੇ ਜਿਹੜੇ ਲੋਕ ਸਭਾ ਇਲੈਕਸ਼ਨ ਹੈ ਉਸਦੇ ਵਿੱਚ ਸਾਰੀ ਪਾਰਟੀਆਂ ਨੂੰ ਨੁਕਸਾਨ ਹੋਏਗਾ, ਕਿਉਂਕਿ ਵਿਕਾਸ ਦੇ ਆਧਾਰ 'ਤੇ ਉਹ ਖੁਦ ਵੋਟਿੰਗ ਕਰਨ ਜਾਣਗੇ, ਅਤੇ ਜਿਹੜੇ ਬਾਕੀ ਲੋਕ ਹੈ ਉਹ ਵੀ ਵਿਕਾਸ ਦੇ ਆਧਾਰ 'ਤੇ ਹੀ ਵੋਟਿੰਗ ਕਰਨਗੇ। ਅਮਿਤ ਸ਼ਰਮਾ, ਪੰਜਾਬ ਤੱਕ, ਅੰਮ੍ਰਿਤਸਰ।